अहमदाबाद विच फायरिंग उत्थे कि दो जिम वालियां दी आपसी तकरार दे विच फायरिंग हुई है ते 20 तो 25 राउंड भी फायर किए गए। सो गोली लगन दे नाल इक नौजवान जख्मी होया, लवप्रीत सिंह नाम दे नौजवान नूं गोली लगी है। सो पुलिस ने मौके ते पहुंच के मामले दी जांच शुरू कर दित्ती है। जिम नाल रिलेटेड ही गलबात आ, मतलब अपना जिम खुल्लिया वा, उहदीआं धमकीआं धमकीआं देंदे आ, नवां अपना जिम खुल्लिया वा ते फोन ते मतलब गाली गलोच धमकीआं, तो उस तो बाद इन्हां ने गलबात करने वास्ते बुलाया वा बाहर, तो इन्हां दीआं गड्डियां आ गईआं दो, उहदे विच मुंडे 8-9 मुंडे सारिआं ने हथियार ही, उन्होंने आ के सिद्धियां गोलियां चलाउणियां स्टार्ट करतीआं वा। ਕਿੰਨੇ ਜਣੇ ਮੁੰਡੇ ਆ ਗਏ? ਮੁੰਡੇ ਦੋ ਗੱਡੀਆਂ 'ਚ ਆਏ ਆ, 7-8 ਮੁੰਡੇ, ਸਾਰਿਆਂ ਨੇ ਹਥਿਆਰ ਸਿੱਧੀਆਂ ਗੋਲੀਆਂ, ਇੱਕ ਆਪਣਾ ਮੁੰਡਾ ਵਾ ਉਹਦੀ ਗੋਲੀ ਵੱਜੀ ਆ। ਕੀ ਨਾਮ ਉਹਦਾ? ਲਵਪ੍ਰੀਤ ਨਾਮ ਆ ਜੀ। ਕਿੱਥੇ ਗੋਲੀ ਲੱਗੀ ਉਹਦੇ? ਉਹਦੇ ਪੈਰ 'ਚ ਗੋਲੀ ਵੱਜੀ ਜੀ। ਜਿਮ ਦਾ ਕੀ ਨਾਮ ਹੈ? ਆਪਣੇ ਡੇਮ ਡਾਇਮੰਡ ਜਿਮ। ਹਾਂਜੀ ਡਾਇਮੰਡ ਜਿਮ। ਕੋਈ ਫਰੋਤੀ ਫਰੂਤੀ ਦੀ ਨਹੀਂ, ਬਸ ਧਮਕੀਆਂ ਦੇ ਦਿੰਦੇ ਸੀ ਫੋਨ, ਮਤਲਬ ਇਹੋ ਜਿਮ ਵੱਲੋਂ ਕਿ ਤੁਸੀਂ ਜਿਮ ਖੋਲਿਆ ਵਗੈਰਾ ਸਾਡੇ ਬੰਦੇ। ਕਿੰਨੇ ਕਰੀਬ ਮੁੰਡੇ ਆ? ਦੋ ਗੱਡੀਆਂ ਸੀ ਜੀ, ਹੁਣ 7-8 ਮੁੰਡੇ ਵਿੱਚੋਂ ਨਿਕਲੇ ਗੱਡੀਆਂ। ਗੁੰਡਾਗਰਦੀ ਚੱਲ ਰਹੀ ਆ, ਪ੍ਰਸ਼ਾਸਨ ਨੂੰ ਇਹੋ ਕਹਿੰਦੇ ਕਿ ਖਤਮ ਕੀਤੀ ਜਾਵੇ, ਇਹਦਾ ਤੇ ਕੋਈ ਸ਼ਰੀਫ ਬੰਦਾ ਤੇ ਕੋਈ ਕੰਮ ਹੀ ਨਹੀਂ ਕਰ ਸਕਦਾ ਜੀ। ਵੇਖੋ ਜੀ, ਜਿਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਆਇਆ, ਤਿਉਹਾਰ ਆਏ ਆ, ਹਾਂਜੀ, ਫਿਰ ਵੀ ਗੋਲੀ ਚੱਲਦੀ ਕਿਸੇ? ਤੁਸੀਂ ਆਲੇ ਦੁਆਲੇ ਪੁੱਛ ਹੀ ਸਕਦੇ ਜੋ ਕਿੱਦਾਂ ਉਹ ਆਏ ਆ, ਕਿੱਦਾਂ ਉਹਨਾਂ ਨੇ ਗੋਲੀਆਂ ਚਲਾਈਆਂ, ਗੁੰਡਾਗਰਦੀ ਦਾ ਪੂਰਾ ਚਰਿਆ। ਹਾਂਜੀ, ਜਿਮ ਅਜੇ ਮਹੀਨਾ ਨਹੀਂ ਹੋਇਆ, ਓਪਨ ਹੋ ਗਈ? ਹਾਂਜੀ ਓਪਨ ਹੋ ਗਈ ਆ ਜੀ। ਮੁੰਡੇ 4-5 ਆਏ ਆ, ਇੱਥੇ ਗੋਲੀ ਚਲਾ ਕੇ ਗਏ ਆ, ਉਹਨਾਂ ਨੂੰ ਵੈਰੀਫਾਈ ਕਰਨ ਦੇ ਕੇਸ ਰਜਿਸਟਰ ਕਰਨ ਲੱਗੇ ਆ, ਤੇ ਵੈਰੀਫਾਈ ਕਰਕੇ ਸਾਰੀ ਫਿਰ ਦੱਸ ਦਿੰਦਾ। ਕਿੰਨੇ ਲੱਗੇ ਨੂੰ ਗੋਲੀ ਲੱਗੀ? ਇੱਕ ਮੁੰਡੇ ਦੇ ਪੈਰ 'ਚ ਲੱਗੀ। ਚਾਰ-5 ਰਾਉਂਡ ਫਾਇਰ ਹੋਏ, ਬਾਕੀ ਵੈਰੀਫਾਈ ਕਰਦੇ ਹੁਣ ਸਾਰੀ ਦਾ।